ਪੰਥ ਰਤਨ ਗੁਰਚਰਨ ਸਿੰਘ ਟੌੜਾ ਦੇ ਜਨਮ ਦਿਹਾੜੇ ਮੌਕੇ ਆਮ ਆਦਮੀ ਪਾਰਟੀ ਵੱਲੋਂ ਪਿੰਡ ਟੌੜਾ 'ਚ 24 ਸਤੰਬਰ ਨੂੰ ਕੀਤੀ ਜਾਣ ਵਾਲੀ ਰੈਲੀ ਨੂੰ ਰੱਦ ਕਰਨ ਕਰਕੇ ਟੌੜਾ ਸਮਰਥਕਾਂ ਵਿੱਚ ਮਾਯੂਸੀ ਛਾ ਗਈ ਹੈ। ਜਦਕਿ ਸਵਰਗੀ ਟੌੜਾ ਦੇ ਜਵਾਈ ਆਪ ਆਗੂ ਹਰਮੇਲ ਸਿੰਘ ਟੌੜਾ ਨੇ ਅਰਵਿੰਦ ਕੇਜਰੀਵਾਲ ਦੀ ਬਿਮਾਰੀ ਕਰਕੇ ਇਸ ਰੈਲੀ ਨੂੰ ਰੱਦ ਕਰਨ ਦੀ ਗੱਲ ਆਖੀ ਹੈ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਮ ਆਦਮੀ ਪਾਰਟੀ ਉੱਪਰ ਜ਼ੋਰਦਾਰ ਹਮਲਾ ਬੋਲਦੇ ਹੋਏ ਰੈਲੀ ਨੂੰ ਲੈ ਕੇ ਘੱਟ ਹੁੰਗਾਰਾ ਮਿਲਣ ਲਈ ਇਸ ਰੈਲੀ ਨੂੰ ਰੱਦ ਕਰਨ ਦੀ ਗੱਲ ਆਖੀ ਜਾ ਰਹੀ ਹੈ। ਪਿੰਡ ਜਿਹੜਾ ਹੈਗਾ ਇੱਕ ਪੰਥਕ ਨਗਰ ਹੈ। ਇਸ ਨਗਰ ਦੇ ਹਰ ਨਿਵਾਸੀ ਨੂੰ ਟੌੜਾ ਸਾਹਿਬ ਨੇ ਸਿਆਸੀ ਗੁੜ੍ਹਤੀ ਦਿੱਤੀ ਹੋਈ ਹੈ ਔਰ ਇੰਨਾ ਕੁ ਜਾਗਰੂਕ ਹੈ ਵੀ ਕੌਣ ਪੰਥਕ ਹੈ, ਕੌਣ ਪੰਜਾਬ ਦਾ ਭਲਾ ਕਰ ਸਕਦਾ। ਅਤੇ ਟੌੜਾ ਸਾਹਿਬ ਜਿਹੜੀ ਸੋਚ ਹੈ ਉਹ ਸ਼੍ਰੋਮਣੀ ਅਕਾਲੀ ਦਲ ਉਹਦਾ ਸੋਚ ਦਾ ਵਾਰਸ ਹੈ। ਆਮ ਆਦਮੀ ਪਾਰਟੀ ਦਾ ਟੌੜੇ ਪਿੰਡ ਵਿੱਚ ਇਲਾਕੇ 'ਚ ਕੋਈ ਆਧਾਰ ਨਹੀਂ। ਉਹਨਾਂ ਨੇ ਆਮ ਆਦਮੀ ਪਾਰਟੀ ਵਾਲਿਆਂ ਨੇ ਬੜੇ ਜੋਸ਼ ਸ਼ੋਰ ਨਾਲ ਪ੍ਰਚਾਰ ਕੀਤਾ ਸੀ, ਲੇਕਿਨ ਜਦੋਂ ਲੋਕਾਂ ਦਾ ਹੰਗਾਰਾ ਨਾ ਮਿਲਿਆ ਤਾਂ ਉਹਨਾਂ ਨੇ ਕੈਂਸਲ ਕਰਤੀ ਅਤੇ ਹੁਣ ਬਹਾਨੇ ਕੋਈ ਮਰਜ਼ੀ ਬਣਾਈ ਜਾਣ। ਤੁਹਾਡੇ ਵੱਲੋਂ ਇੱਕ ਟੌੜਾ ਪਿੰਡ ਵਾਸੀਆਂ ਵੱਲੋਂ ਵੀ ਇੱਕ ਕੀਤਾ ਜਾਵੇ ਵੀ ਕਾਲੇ ਝੰਡੇ ਦਿਖਾ ਕੇ ਉਹਨਾਂ ਦਾ ਉਹ ਕਰਾਂਗੇ, ਕਿਸ ਤਰ੍ਹਾਂ ਦਾ ਹੁਣ ਇਸ ਗੱਲ ਨੂੰ ਲੈ ਕੇ ਵੀ ਕੋਈ ਹੋ ਸਕਦਾ ਉਹਨਾਂ ਨੂੰ ਰੋਸ ਕੀਤਾ? ਇਹ ਤਾਂ ਉਹ ਦੱਸ ਸਕਦੇ ਨੇ, ਪਰ ਅਸੀਂ ਪਿੰਡ ਵਾਲੇ ਇਸ ਗੱਲ ਹੀ ਦ੍ਰਿੜ ਹਾਂ ਕਿ ਟੌੜਾ ਪਿੰਡ ਜਿਹੜਾ ਹੈਗਾ ਆਮ ਆਦਮੀ ਪਾਰਟੀ ਦੇ ਖਿਲਾਫ਼ ਹੈ ਅਤੇ ਖਿਲਾਫ਼ ਰਹੂਗਾ, ਕਿਉਂਕਿ ਉਹ ਪੰਥ ਵਿਰੋਧੀ ਪਾਰਟੀ ਹੈ ਉਹ ਸਾਡੀ। ਉਹਨਾਂ ਦਾ ਦੌਰਾ ਰੱਦ ਹੋਇਆ, ਦੇਖੋ ਉਹਨਾਂ ਦਾ ਦੌਰਾ ਵੈਸੇ ਹੀ ਪੰਜਾਬ ਦਾ 10 ਦਿਨ ਦਾ ਰੱਖਿਆ ਸੀ, ਤੁਸੀਂ ਅਖਬਾਰਾਂ 'ਚ ਦੇਖਿਆ, ਕੱਲ੍ਹ ਕਿਸੇ ਨੇ ਦੇਖਿਆ ਨਹੀਂ ਹੁੰਦਾ। ਇਨਸਾਨ ਦੀ ਜ਼ਿੰਦਗੀ ਉਸ ਮਾਲਕ ਦੇ ਵੱਸ ਹੈ ਜਿਹਨੇ ਜ਼ਿੰਦਗੀ ਦਿੱਤੀ ਹੈ। ਜੇ ਕੋਈ ਕਿਸੇ ਨੂੰ ਬਿਮਾਰੀ ਆ ਜਾਂਦੀ ਹੈ ਉਹਦੇ ਬਾਰੇ ਕੁਛ ਬੋਲਣਾ ਨਹੀਂ ਚਾਹੀਦਾ। ਜੇ ਉਹਦਾ ਪ੍ਰੋਗਰਾਮ 'ਤੇ ਵੀ ਮੈਂ ਆਪਰੇਸ਼ਨ ਕਰਾ ਕੇ ਆਉਂ, ਲੇਕਿਨ ਆਪਰੇਸ਼ਨ ਉਹਨੇ ਕਰਾ ਲਿਆ, ਆਪਰੇਸ਼ਨ ਤੋਂ ਬਾਅਦ ਹਾਲੇ ਡਾਕਟਰਾਂ ਨੇ ਉਹਨੂੰ ਮਨ੍ਹਾ ਕਰਤਾ ਵੀ ਹੋਰ 10 ਦਿਨ ਰਹਿ ਜਾਣਾ ਚਾਹੀਦਾ। ਉਹਨੇ ਆਪਦੇ ਦੌਰੇ ਰੱਦ ਨਹੀਂ ਕੀਤੇ। 25 ਤਰੀਕ ਨੂੰ ਫਿਰ ਵੀ ਇੱਕ ਮੀਟਿੰਗ ਰੱਖੀ, ਉਹ ਚਾਹੂਗਾ, ਉਹ ਤੋਂ ਬਾਅਦ ਫਿਰ ਸਾਰੇ ਪ੍ਰੋਗਰਾਮ ਫਿਰ 15 ਦਿਨ ਲਈ ਫਿਰ ਆਉਣਗੇ। ਫਿਰ ਜਿਵੇਂ ਉਹਨਾਂ ਦਾ ਪ੍ਰੋਗਰਾਮ, ਉਹ ਮੇਰੇ ਨਹੀਂ, ਇਕੱਲੇ ਪੰਜਾਬ ਦੇ ਸਾਰੇ ਪ੍ਰੋਗਰਾਮ ਰੱਦ ਹੋਏ ਨੇ, ਇਕੱਲਾ ਟੌੜਾ ਸਾਹਿਬ ਦਾ ਪ੍ਰੋਗਰਾਮ ਨਹੀਂ। ਨਾਭਾ ਤੋਂ ਹਰਮੀਤ ਮਾਨ ਦੀ ਰਿਪੋਰਟ, ਪੰਜਾਬ ਟੂਡੇ।